ਬੇਟਾ ਕੁਛ ਅਫਵਾਹਾਂ ਦੇ ਬਾਜ਼ਾਰ ਕਰਮ ਜੀ, ਕੁਛ ਸ਼ਰਾਰਤੀ ਲਾਲਚੀ ਜਿਹੜੇ ਲੋਕ ਮੰਦਰਾਂ 'ਤੇ ਨਜ਼ਰ ਰੱਖਦੇ ਨੇ, ਜਿਸ ਨੂੰ ਅਸੀਂ ਪ੍ਰੋਪਰਟੀ ਮਾਫੀਆ ਵੀ ਕਹਿ ਦਿੰਦੇ ਹਾਂ, ਐਸੇ ਲੋਕਾਂ ਦੀ ਉਰੇ ਨਜ਼ਰ ਸੀ, ਜਿਨ੍ਹਾਂ ਨੂੰ ਜਦੋਂ ਮੰਦਰ ਦਾ ਨਿਰਮਾਣ ਵਧੀਆ ਤਰੀਕੇ ਨਾਲ ਹੋਣ ਲੱਗਿਆ ਤਕਲੀਫ ਹੋਈ, ਜਿਨ੍ਹਾਂ ਨੇ ਜਾਲੀ ਦਰਖਾਸਤਾਂ ਪਾਈਆਂ ਕੁੜੀ ਸੇਵਾ ਕਰਨ ਵਾਲੀ ਸੇਵਾਦਾਰਾਂ ਦੇ ਖਿਲਾਫ ਕਿ ਜੀ ਉਹਨਾਂ ਨੇ ਰਿਵਾਲਵਰ ਕੱਢ ਲਈ ਸਾਡੀ ਪ੍ਰੋਪਰਟੀ 'ਤੇ ਰੱਖਤੀ, ਲੇਕਿਨ ਪੁਲਿਸ ਨੇ ਜਾਂਚ ਕਰੀ ਤਾਂ ਉਹ ਸਾਰੀਆਂ ਝੂਠੀਆਂ ਪਾਈਆਂ ਗਈਆਂ। ਐਸੇ ਸ਼ਰਾਰਤੀ ਅਨਸਰਾਂ ਨੂੰ ਸਾਡੀ ਚੇਤਾਵਨੀ ਹੈ ਕਿ ਸਾਡੇ ਧਾਰਮਿਕ ਸਥਾਨਾਂ 'ਤੇ ਨਹੀਂ ਨਜ਼ਰ ਨਾ ਕਰਨ, ਵਰਨਾ ਉਹਦੇ ਨਤੀਜੇ ਭੁਗਤਣ ਨੂੰ ਤਿਆਰ ਰਹਿਣ, ਉਹਨਾਂ 'ਤੇ ਕਾਨੂੰਨੀ ਕਾਰਵਾਈ ਵੀ ਹੋਊਗੀ ਔਰ ਸਨਾਤਨ ਧਰਮ ਦੀ ਪੱਧਤੀ ਦੇ ਮੁਤਾਬਿਕ ਵੀ ਕਾਰਵਾਈ ਹੋਊਗੀ। ਇਸ ਕਰਕੇ ਉਹ ਧਾਰਮਿਕ ਸਥਾਨਾਂ ਤੋਂ ਦੂਰ ਹੈ। ਜਦਕਿ ਪੁਲਿਸ ਅਧਿਕਾਰੀ ਸਭ ਤੋਂ ਜ਼ਿਆਦਾ ਇੱਥੇ ਮਤਲਬ ਕਿ ਜਿਹੜਾ ਉਹਨਾਂ ਦਾ ਸੇਵਾ ਭਾਗ ਕਰ ਰਹੇ, ਦਾਨ ਵਗੈਰਾ ਕਰ ਰਹੇ, ਸਭ ਤੋਂ ਜ਼ਿਆਦਾ ਯੋਗਦਾਨ ਬੇਟਾ ਇਹ ਭਾਗ ਦੀ ਗੱਲ ਹੈ, ਆਪਾਂ ਵਾਰ ਵਾਰ ਪੁਲਿਸ ਸ਼ਬਦ ਕਹਿ ਰਹੇ ਹਾਂ ਕਿਉਂਕਿ ਉਹ ਵੀ ਤਾਂ ਧਾਰਮਿਕ ਹੈ, ਸਭ ਤੋਂ ਪਹਿਲਾਂ ਪੁਲਿਸ ਅਧਿਕਾਰੀ ਬਾਅਦ 'ਚ ਨੇ, ਪਹਿਲਾਂ ਇਨਸਾਨ ਨੇ, ਸਨਾਤਨ ਧਰਮ ਦੇ ਅੰਦਰ ਉਹਨਾਂ ਦਾ ਜਨਮ ਹੋਇਆ, ਉਹਨਾਂ ਦੀ ਆਸਥਾ ਹੈ। ਗੁਰੂ ਜੀ ਜਿਹੜਾ ਸ਼ਰਾਰਤੀ ਅਨਸਰ ਜਿਹੜਾ ਆਰੋਪ ਲਾ ਰਹੇ ਸੀ, ਉਹ ਆਰੋਪ ਵੀ ਇਹੀ ਲਾ ਰਹੇ ਸੀਗੇ ਕਿ ਪੁਲਿਸ ਅਧਿਕਾਰੀ ਰਿਵਾਲਵਰ ਰੱਖ ਕੇ ਕਨਪੱਟੀ 'ਤੇ ਕਬਜ਼ਾ ਕਰਨਾ ਚਾਹੁੰਦੇ। ਮੈਂ ਕਹਿ ਤਾਂ ਰਿਹਾ ਵੀ ਉਹ ਸੇਵਾਦਾਰ ਨੇ, ਪੁਲਿਸ ਅਧਿਕਾਰੀ ਤਾਂ ਬਾਅਦ ਦੀ ਗੱਲ ਹੈ। ਜਿਹੜਾ ਵਿਅਕਤੀ ਮੰਦਰ ਦੇ ਅੰਦਰ ਚਾਹੇ ਕੋਈ ਬੜੇ ਤੋਂ ਬੜੇ ਰੈਂਕ 'ਤੇ ਬੈਠਾ, ਜਦੋਂ ਮੰਦਰ 'ਚ ਆ ਗਿਆ ਉਹ ਮੰਦਰ ਦਾ ਸੇਵਾਦਾਰ ਹੈ, ਉਹ ਅਧਿਕਾਰੀ ਆਪਣੇ ਆਫਿਸ 'ਚ ਹੈ, ਉਰੇ ਹਨੂੰਮਾਨ ਜੀ ਦਾ ਸੇਵਾਦਾਰ ਹੈ, ਭਗਵਾਨ ਦਾ ਸੇਵਾਦਾਰ, ਔਰ ਸੇਵਾ ਬਣ ਕੇ ਡਿਊਟੀ ਕਰ ਰਹੇ ਹੋ। ਇਸ ਕਰਕੇ ਉਹ ਸਿਰਫ ਲੋਕ ਚੰਦ ਕੁ ਲੋਕ ਹੁੰਦੇ ਆ ਜਿਹੜੇ ਪ੍ਰੋਪਰਟੀ ਮਾਫੀਆ ਕਹਿੰਦੇ ਹਾਂ ਅਸੀਂ, ਐਸੇ ਧਾਰਮਿਕ ਸਥਾਨਾਂ 'ਤੇ ਨਜ਼ਰ ਰੱਖਦੇ ਨੇ, ਠੀਕ ਹੈ, ਉਹ ਕਾਮਯਾਬ ਨਹੀਂ, ਉਹਨਾਂ ਨੂੰ ਤਕਲੀਫ ਹੈ ਔਰ ਅੱਗੇ ਨੂੰ ਤਕਲੀਫ ਉਹਨਾਂ ਨੂੰ ਰਹੇਗੀ। ਫਿਲਹਾਲ ਤਾਂ ਉਹ ਲੋਕਾਂ ਨੂੰ ਸਿਰਫ ਝੂਠੀ ਕੰਪਲੇਟਾਂ ਕਾਰਨ ਜਾਂਚ ਹੋ ਕੇ ਬਖਸ਼ਤਾ, ਲੇਕਿਨ ਅਗਲੀ ਵਾਰ ਐਸੀ ਕੋਈ ਹਰਕਤ ਕਰਨਗੇ ਤਾਂ ਨਤੀਜੇ ਬਹੁਤ ਭਿਅੰਕਰ ਨਿਕਲਣਗੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਆਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ।